ਦੀਪ ਦਸਵੇਂ ਦੇ ਕਰੀਬ ਜੰਡਿਆਲਾ ਥਾਣਾ ਦੇ ਪਿੰਡ ਮੱਲੀਆਂ ਦੇ ਪੁਰਾਣੀ ਰੰਜਿਸ਼ ਨੂੰ ਲੈ ਕੇ ਘਰ ਵਿੱਚ ਵੜ ਕੇ ਭੰਨਤੋੜ ਕੀਤੀ ਗਈ। ਅੱਗ ਵੀ ਲਗਾਈ ਗਈ। ਪਿਓ ਪੁੱਤ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ। ਪੀੜਤ ਨੇ ਦੱਸਿਆ ਕਿ ਸਾਡੀ ਪਿੰਡ ਵਿੱਚ ਨੌਜਵਾਨ ਲਾਗ ਡੱਗ ਗਈ ਸੀ, ਇਸ ਕਰਕੇ ਉਸਨੇ ਸਾਡੇ ਘਰ ਉੱਤੇ ਹਮਲਾ ਕੀਤਾ ਹੈ। ਸਾਰਾ ਸਮਾਨ ਜਿਵੇਂ ਫਰਿੱਜ, ਬਾਰੀਆਂ, ਟੀ ਵੀ, ਐਲ ਸੀ ਡੀ ਅਤੇ ਵਾਸ਼ਿੰਗ ਮਸ਼ੀਨਾਂ ਅਤੇ ਬੂਹੇ ਬਾਰੀਆਂ ਵੀ ਤੋੜ ਦਿੱਤੀਆਂ ਹਨ। ਇੰਨੀ ਭੰਨਤੋੜ ਕੀਤੀ ਗਈ ਕਿ ਸਾਰਾ ਸਮਾਨ ਬਰਬਾਦ ਕਰ ਦਿੱਤਾ ਗਿਆ ਹੈ। ਉੱਧਰ ਪੁਲਿਸ ਦੇ ਅਧਿਕਾਰੀ ਨੇ ਕਿਹਾ ਹੈ ਕਿ ਸਾਡੇ ਧਿਆਨ ਵਿੱਚ ਮਾਮਲਾ ਆਇਆ ਹੈ, ਅਸੀਂ ਜਾਂਚ ਕਰਦੇ ਪਏ ਹਾਂ। ਪੀੜਤ ਦੇ ਘਰ ਵਿੱਚ ਕਾਫੀ ਭੰਨਤੋੜ ਹੋਈ ਹੈ, ਜਲਦ ਹੀ ਦੋਸ਼ੀ ਦੇ ਖਿਲਾਫ਼ ਪੰਦੀ ਕਾਰਵਾਈ ਕੀਤੀ ਜਾਏਗੀ। ਲੇਕਿਨ ਸਵਾਲ ਇਹ ਪੈਦਾ ਹੁੰਦਾ ਆ ਅਤੇ ਇੰਨੀ ਜ਼ਿਆਦਾ ਭੰਨਤੋੜ ਕਰਨਾ ਕੀ ਕਿਸੇ ਦੇ ਘਰ ਵਿੱਚ ਸਹੀ ਹੈ? ਹਾਂਜੀ, ਅੱਜ ਜਿਹੜੇ ਮੱਲੀਆਂ ਪਿੰਡ ਝਗੜਾ, ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ? ਬਲਜੀਤ ਕੌਰ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਗਈ ਹੈ। ਜੁਰਮ 336, 436, 427, 148, 149, 25, 27, 53, 59 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਕੀ ਮੁੱਢਲੀ ਤਫਤੀਸ਼ ਦੇ ਵਿੱਚ ਕੀ ਸਾਹਮਣੇ ਆਇਆ ਜੀ? ਦੋਨਾਂ ਤਰ੍ਹਾਂ ਦੀ ਕੋਈ ਪੁਰਾਣੀ ਰੰਜਿਸ਼ ਆ, ਜਿਸ ਦੇ ਕਾਰਨ ਇਹ ਵਾਕਾ ਦੱਸਿਆ ਜਾ ਰਿਹਾ ਕਿ ਉਹਦੇ ਘਰ ਦੇ ਵਿੱਚ ਅੱਗ ਵੀ ਲਾਈ ਗਈ ਆ। ਹਾਂ, ਅੱਗ ਲੱਗੀ ਆ, ਕਾਫੀ ਨੁਕਸਾਨ ਹੋਇਆ ਅੱਗ ਲੱਗਣ ਕਾਰਨ। ਦੱਸਿਆ ਜਾ ਰਿਹਾ 10 ਕੁ ਫਾਇਰ ਵੀ ਕੀਤੇ ਗਏ ਨੇ, ਹਵਾਈ ਫਾਇਰ ਕੀਤੇ ਜਾਂ ਸਿੱਧੀਆਂ ਗੋਲੀਆਂ ਮਾਰੀਆਂ ਉਹਨਾਂ ਨੇ? ਨਹੀਂ, ਹਵਾਈ ਫਾਇਰ ਹੋਏ ਆ। ਤਾਂ ਮੁਜਰਮ ਜਿਹੜੇ ਆ ਹੁਣ ਪੁਲਿਸ ਦੀ ਗ੍ਰਿਫਤ ਵਿੱਚ ਹੈਗੇ ਜਾਂ? ਨਹੀਂ, ਆਪਣਾ ਮੁਲਜ਼ਮਾਂ ਦੀ ਤਲਾਸ਼ ਦੇ ਵਿੱਚ ਆ। ਜਦ ਵੀ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਗਲੇ 33 ਸਾਲਾਂ ਵਿੱਚ ਲੈਣੀ ਪਊਗੀ।